उधर जिला पटियाला तहत आंदे हलका कनौर दे पिंड उलाणा दी धी जसप्रीत कौर यूक्रेन तो परत आई है, जो कि पिछले साल ही उच्च सिक्ख्या लैण लई यूक्रेन गई सी। जसप्रीत कौर ने वतन परत के सुख दा साह लिया। जसप्रीत कौर ने कहा है कि जंग तो बाद यूक्रेन विच बुरे हालात ने। जसप्रीत ने भारत सरकार नूं अपील कीती है कि बाकी बच्चों नूं भी सुरक्षित वतन छेती लियाता जावे। ਜਦੋਂ ਅਸੀਂ ਯੂਕਰੇਨ 'ਚ ਸੀ, ਖਾਰਕਿਵ 'ਚ, ਉੱਥੋਂ ਕੋਈ ਮਦਦ ਨਹੀਂ ਸੀ। ਬਾਕੀ ਪੋਲੈਂਡ ਤੋਂ ਸਾਨੂੰ ਉਹਨਾਂ ਨੇ ਬਹੁਤ ਹੈਲਪ ਕੀਤੀ ਆ, ਹੋਟਲ ਪ੍ਰੋਵਾਈਡ ਕੀਤੇ, ਬੱਸਾਂ ਪ੍ਰੋਵਾਈਡ ਕੀਤੀਆਂ, ਅੱਗੇ ਬਹੁਤ ਹੈਲਪ ਕੀਤੀ ਉਹਨਾਂ ਨੇ। 3 ਮਹੀਨੇ ਹੋਏ ਸੀ ਹਾਲੇ ਸਾਨੂੰ ਸਟੱਡੀ ਕਰਦੇ ਨੂੰ। ਮੈਂ ਮੈਡੀਸਿਨ ਦੀ ਸਟੱਡੀ ਕਰ ਰਹੀ ਸੀ, ਫਸਟ ਈਅਰ ਸੀ ਮੇਰਾ ਫਸਟ ਕੋਰਸ। ਸਾਨੂੰ ਬੰਕਰਾਂ ਦੇ ਬੇਸਮੈਂਟ 'ਚ ਰੱਖੇ ਜਾਂਦੇ, ਕਿਉਂਕਿ ਬਾਹਰ ਬਹੁਤ ਖਤਰਾ ਸੀ। ਜਿਹੜੇ ਉੱਥੇ ਦੇ ਏਜੰਟ ਅਤੇ ਜਿਹੜੇ ਸਾਡੇ ਸੀਨੀਅਰ ਸੀ ਹੈਲਪ ਕਰ ਰਹੇ ਸੀ, ਉਹ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਸੀ, ਪਰ ਸਾਨੂੰ ਨਾ ਬੰਕਰਾਂ 'ਚ ਕਲੀਅਰਲੀ ਆਵਾਜ਼ ਸੁਣਦੀ ਸੀ। ਈਵਨ ਉੱਥੇ ਸਾਡੇ ਨੇੜੇ ਵੀ ਹੋਸਟਲ ਦੇ ਪਿੱਛੇ ਹੋਇਆ ਸੀ ਬਲਾਸਟ, ਉੱਥੋਂ ਸਾਨੂੰ ਆਵਾਜ਼ ਪ੍ਰੋਪਰ ਸੁਣਾਈ ਦਿੱਤੀ ਸੀ, ਵਾਈਬ੍ਰੇਸ਼ਨ ਵੀ ਬਹੁਤ ਜ਼ਿਆਦਾ ਉੱਠੀ ਸੀ। ਸਾਡੇ ਏਜੰਟ ਸੀ ਜਿਹੜੇ ਸਾਡੀ ਹੈਲਪ ਕਰ ਰਹੇ ਸੀ ਅਤੇ ਸੀਨੀਅਰ ਸੀ, ਉਹ ਵੀ ਜਾਣਾ ਬੰਦ ਕਰ ਗਏ, ਕਿਉਂਕਿ ਉੱਥੇ ਇੱਕ ਬੱਚੇ ਦੀ ਮੌਤ ਹੋ ਗਈ ਸੀ, ਕਰਨਾਟਕ ਸ਼ਹਿਰ ਦਾ ਮੁੰਡਾ ਸੀ। ਬਹੁਤ ਖੁਸ਼ੀ ਦੀ ਗੱਲ ਹੈ, ਸਰਕਾਰ ਨੇ ਵੀ ਹੈਲਪ ਕੀਤੀ ਆ, ਤਾਂ ਹੀ ਇੱਥੇ ਤੱਕ ਪਹੁੰਚੀ ਹੈ ਜੀ। ਬੇਟੀ ਦੀ ਟਿਕਟ ਵੀ ਕਰਾ ਦੀ 65,000 ਦੇ ਕਰੀਬ। ਫਿਰ ਜਦੋਂ ਇਹਨੇ 25-26 ਨੂੰ ਆਉਣਾ ਸੀ, 23 ਤਰੀਕ 24 ਨੂੰ ਰਾਤ ਨੂੰ ਹੀ ਉੱਥੇ ਕੀਵ ਦਾ ਜਿਹੜਾ ਉਹਨਾਂ ਦਾ ਏਅਰਪੋਰਟ ਹੈ ਉਹਦੇ ਉੱਪਰ ਹਮਲਾ ਹੋ ਗਿਆ ਜੀ।